WhatsApp ਤੇ ਇੱਕ ਪੋਸਟ ਆਈ ਸੀ, ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਕਿਸੇ ਨੇ। ਪਹਿਲਾਂ ਪੰਜਾਬ ਦੇ ਹਰ ਘਰ ਵਿੱਚ ਗੰਨਾ ਸੀ, ਪਰ ਸ਼ੂਗਰ ਦੀ ਬਿਮਾਰੀ ਕਿਸੇ ਨੂੰ ਵੀ ਨਹੀਂ ਸੀ। ਹੁਣ ਪੰਜਾਬ ਦੇ ਹਰ ਘਰ ਵਿੱਚ ਸ਼ੂਗਰ ਦੀ ਬਿਮਾਰੀ ਹੈ, ਪਰ ਗੰਨਾ ਸਾਰੇ ਪੰਜਾਬ ਵਿੱਚ ਨਹੀਂ। ਪਹਿਲਾਂ ਪਾਣੀ 30 ਫੁੱਟ 'ਤੇ ਸੀ ਅਤੇ ਸਾਫ਼ ਵੀ ਸੀ, ਹੁਣ ਪਾਣੀ 350 ਫੁੱਟ 'ਤੇ ਹੈ ਅਤੇ ਉਹ ਵੀ ਗੰਦਾ। ਪਹਿਲਾਂ ਤੁਸੀਂ ਸਾਈਕਲ 'ਤੇ ਸੀ ਅਤੇ 20 ਕਿਲੋਮੀਟਰ ਵੀ 1 ਘੰਟੇ ਵਿੱਚ ਜਾਂਦੇ ਸੀ, ਪਰ ਫਿਰ ਵੀ ਖੁਸ਼ ਸੀ। ਹੁਣ ਕਾਰ 'ਤੇ ਹੋ ਅਤੇ 20 ਕਿਲੋਮੀਟਰ 15 ਮਿੰਟਾਂ ਵਿੱਚ ਪੂਰਾ ਕਰਦੇ ਹੋ, ਪਰ ਫਿਰ ਵੀ ਦੁਖੀ ਹੋ। ਪਹਿਲਾਂ ਬਿਜਲੀ ਨਹੀਂ ਸੀ ਪਰ ਚਾਨਣ ਬਹੁਤ ਸੀ, ਹੁਣ ਬਿਜਲੀ ਆ ਗਈ ਹੈ ਅਤੇ ਹਨੇਰਾ ਹੋ ਗਿਆ। ਪਹਿਲਾਂ 10 ਪਿੰਡਾਂ ਵਿੱਚ 1 ਵੈਦ ਹੁੰਦਾ ਸੀ ਪਰ ਬਿਮਾਰੀ ਕੰਟਰੋਲ ਵਿੱਚ ਸੀ, ਹੁਣ 1 ਪਿੰਡ ਵਿੱਚ 10 ਡਾਕਟਰ ਨੇ ਪਰ ਬੰਦਾ ਬਿਮਾਰੀ ਦੇ ਕੰਟਰੋਲ ਵਿੱਚ ਹੈ। ਪਹਿਲਾਂ ਲੋਕ ਘਰ ਦੇ ਦਰਵਾਜ਼ੇ 'ਤੇ ਬੰਦਾ ਤਾਇਨਾਤ ਕਰਦੇ ਸੀ ਤਾਂ ਕਿ ਘਰ ਦੇ ਅੰਦਰ ਕੁੱਤਾ ਦਾਖਲ ਨਾ ਹੋ ਜਾਏ। ਅੱਜ ਕੱਲ੍ਹ ਘਰ ਦੇ ਦਰਵਾਜ਼ੇ 'ਤੇ ਕੁੱਤਾ ਬੰਨਿਆ ਜਾਂਦਾ ਤਾਂ ਕਿ ਘਰ ਵਿੱਚ ਕੋਈ ਬੰਦਾ ਦਾਖਲ ਨਾ ਹੋ ਜਾਏ। ਪਹਿਲਾਂ ਆਦਮੀ ਖਾਣਾ ਘਰ ਵਿੱਚ ਖਾਂਦਾ ਸੀ ਅਤੇ ਲੈਟਰੀਨ ਬਾਹਰ ਜਾਂਦਾ ਸੀ, ਹੁਣ ਖਾਣਾ ਬਾਹਰ ਖਾਂਦਾ ਹੈ ਅਤੇ ਲੈਟਰੀਨ ਘਰ ਦੇ ਅੰਦਰ ਜਾਂਦਾ ਹੈ। ਪਹਿਲਾਂ ਵਿਆਹ ਸ਼ਾਦੀ ਵਿੱਚ ਘਰ ਦੀਆਂ ਔਰਤਾਂ ਖਾਣਾ ਬਣਾਉਂਦੀਆਂ ਸੀ ਅਤੇ ਨੱਚਣ ਵਾਲੀ ਬਾਹਰ ਤੋਂ ਆਉਂਦੀ ਸੀ, ਹੁਣ ਖਾਣਾ ਬਣਾਉਣ ਵਾਲੇ ਬਾਹਰ ਤੋਂ ਆਉਂਦੇ ਨੇ ਅਤੇ ਘਰ ਦੀਆਂ ਔਰਤਾਂ ਨੱਚਦੀਆਂ ਨੇ। ਪਹਿਲਾਂ ਆਦਮੀ ਸਾਈਕਲ ਚਲਾਉਂਦਾ ਸੀ ਅਤੇ ਗਰੀਬ ਸਮਝਿਆ ਜਾਂਦਾ ਸੀ, ਹੁਣ ਆਦਮੀ ਕਾਰ ਵਿੱਚ ਜਿਮ ਜਾਂਦਾ ਹੈ ਸਾਈਕਲ ਚਲਾਉਣ ਲਈ। ਬਸ ਇੰਨਾ ਕੁ ਬਦਲਿਆ ਮੇਰਾ ਪੰਜਾਬ। ਵੀਡੀਓ ਵਿੱਚ ਕਹੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਹੋਣ ਤਾਂ ਇਸ ਨੂੰ ਅੱਗੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ।